जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले बैल आइकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जूगी सो कर लो सबसक्राइब। हेड वार्डन दो पुलिस मुलाजम अते एक अकाली सरपंच उस वेले अड़के आ गए जदों नशा तस्करी दे वख-वख मामले विच सब जेल मलेरकोटला विच सजा भुगत रहे रवनीत गर्ग नूं मेडिकल करवाउण दे बहाने बाहर भेजण वालियां नूं एसएसपी मनदीप सिंह दी अगवाही विच काबू किया गया जदकि फार्मेसिस्ट विनोद कुमार पुलिस हिरासत विचों फरार दस्सिया जा रहा। गिरफ्तार किए गए अकाली सरपंच उत्ते पहलां वी ग्रांटां दी दुरवरतों करन दे मामले चल रहे ने। एसएसपी मनदीप सिंह ने कि इस सारे मामले का पर्दाफाश करदिया रवनीत गर्ग सब जेल मलेरकोटला हेड वार्डन कंगन खान हौलदार जगतार सिंह अते हरदेव सिंह सबका अकाली सरपंच नूं हिरासत विच लिया गया जबकि फार्मेसिस्ट विनोद कुमार पुलिस हिरासत विचों फरार दस्सिया जा रहा। जेल विच कैद कट रहे रवनीत गर्ग नूं दवाई दबाउण दे बहाने उहदी भैण दे विआह विच शामिल करवाया गया। एसएसपी मनदीप सिंह ने दस्सिया कि कैदी रवनीत गर्ग नूं बाहर कढ़न विच साबका सरपंच हरदेव सिंह अलीपुर ने जेल वार्डन नाल मुलाकात करवाई जिस तों बाद जेल हैड वार्डन कंगन खान अते फार्मेसिस्ट विनोद कुमार नूं बकायदा रिश्वत दित्ती गई जिस तों बाद कैदी रवनीत गर्ग नूं मेडिकल करवाउण दे बहाने उहदी भैण दे विआह विच शामिल करवाया गया जो कि सीसीटीवी कैमरिआं विच कैद हो गया। ब्याह विच शामिल करवाउण तों बाद उस नूं फिर तों सब जेल मलेरकोटला विच बंद करवा दित्ता गया। ਜੀ ਦਾ ਸਰਪੰਚ ਹੈ ਤੇ ਕਿਸ ਤਰ੍ਹਾਂ ਦੀ ਕਾਰਜ ਹੋਏਗਾ ਕਿਸ ਤਰ੍ਹਾਂ ਜੇਲ੍ਹ ਤੋਂ ਲੈ ਕੇ ਵਾਰਦਾਤ ਕੀ ਜਿਵੇਂ ਤੁਸੀਂ ਦੇਖਿਆ ਵੀ ਸੰਗਰੂਰ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਗੈਂਗਸਟਰ ਜਾਂ ਡਰੱਗ ਪੈਡਲਰ ਜਾਂ ਮਾੜਾ ਧੰਦਾ ਕਰਨ ਵਾਲੇ ਸਾਰਿਆਂ 'ਤੇ ਬੜਾ ਸ਼ਿਕੰਜਾ ਟਾਈਟ ਰੱਖਿਆ ਹੋਇਆ। ਉਸੇ ਲੜੀ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਰਵਨੀਤ ਗਰਗ ਨਾਂ ਦਾ ਜਿਹੜਾ ਵਿਅਕਤੀ ਹੈ ਜਿਹਦੇ 'ਤੇ 250 ਗ੍ਰਾਮ ਜਿਹੜਾ ਨਾਰਕੋਟਿਕ ਪਾਊਡਰ 2016 'ਚ ਉਹਦੇ ਤੋਂ ਰਿਕਵਰ ਹੋਇਆ ਸੀ ਜੇਲ੍ਹ ਮਲੇਰਕੋਟਲਾ ਵਿਖੇ ਬੰਦ ਸੀ। ਉਹਨੇ ਇੱਕ ਉਹਦੇ ਨਾਲ ਅਲੀਪੁਰ ਦਾ ਸਰਪੰਚ ਹਰਦੇਵ ਸਿੰਘ ਜੋ ਕਿ ਕਿਸੇ ਫਰੌਡ ਦੇ ਕੇਸ 'ਚ ਉਹਦੇ ਨਾਲ ਬੰਦ ਸੀ ਉਹਦੇ ਨਾਲ ਤਾਲਮੇਲ ਕਰਕੇ ਰਵਨੀਤ ਦੀ ਸਿਸਟਰ ਦੀ ਮੈਰਿਜ 2 ਤਰੀਕ ਨੂੰ ਮਲੇਰਕੋਟਲਾ ਵਿਖੇ ਫਿਕਸ ਹੋਈ ਸੀ। ਉਹਨੇ ਉਹਦੇ ਨਾਲ ਤਾਲਮੇਲ ਕਰਕੇ ਜੇਲ੍ਹ ਦੇ ਵਿੱਚ ਕੰਗਨ ਖਾਨ ਹੈੱਡ ਕਾਂਸਟੇਬਲ ਹੈ ਉਹਨਾਂ ਨਾਲ ਸਾਰਿਆਂ ਨਾਲ ਤਾਲਮੇਲ ਕਰਕੇ ਰਵਨੀਤ ਨੇ ਇੱਕ ਬਿਮਾਰੀ ਦਾ ਬਹਾਨਾ ਕੀਤਾ ਅਤੇ ਉਹਦੇ ਤੋਂ ਜਿਹੜੇ ਫਾਰਮਾਸਿਸਟ ਜੇਲ੍ਹ ਮਲੇਰਕੋਟਲਾ ਦੇ ਵਿੱਚ ਉਹਦੇ ਤੋਂ ਰੈਫਰ ਕਰਾ ਲਿਆ ਸਿਵਲ ਹੋਸਪਿਟਲ ਮਲੇਰਕੋਟਲਾ ਲਈ। ਉੱਥੋਂ ਉਹਨਾਂ ਨੇ ਜਾ ਕੇ ਟ੍ਰੀਟਮੈਂਟ ਕਰਾਉਣ ਦੇ ਬਹਾਨੇ ਨਾਲ ਜਦੋਂ ਸਿਵਲ ਹੋਸਪਿਟਲ ਮਲੇਰਕੋਟਲੇ ਗਿਆ ਤਾਂ ਡਾਕਟਰਸ ਨੇ ਕਿਹਾ ਵੀ ਤੂੰ ਤਾਂ ਫਿੱਟ ਹੈ ਉਹਨਾਂ ਨੇ ਟੈਸਟ ਕਰਨ ਤੋਂ ਬਾਅਦ ਉਹਨੂੰ ਫਿੱਟ ਕਰਾਰ ਦਿੱਤਾ। ਉਸ ਤੋਂ ਬਾਅਦ ਇਹ ਰਵਨੀਤ ਨੂੰ 2 ਜ਼ਿਲ੍ਹਾ ਪੁਲਿਸ ਸੰਗਰੂਰ ਦੇ ਮੁਲਾਜ਼ਮ ਹੈ ਵਿਕਰਾਂਤ ਪੈਲਸ ਦੇ ਵਿੱਚ ਜਿੱਥੇ ਰਵਨੀਤ ਦੀ ਸਿਸਟਰ ਦੀ ਮੈਰਿਜ ਸੀ ਉੱਥੇ ਲੈ ਗਏ ਅਤੇ ਉਸ ਤੋਂ ਬਾਅਦ ਵਿਆਹ ਅਟੈਂਡ ਕਰਨ ਤੋਂ ਬਾਅਦ ਕਰੀਬ 10:15 ਵਜੇ ਇਹ ਜੇਲ੍ਹ ਮਲੇਰਕੋਟਲਾ ਤੋਂ ਨਿਕਲੇ ਅਤੇ ਕਰੀਬ 3:30 ਵਜੇ ਵਾਪਸ ਜੇਲ੍ਹ ਦੇ ਵਿੱਚ ਆਏ। ਦੇਖੋ ਜਿਹੜੇ ਜੇ ਮੋਟੇ ਤੌਰ 'ਤੇ ਗਿਣਿਆ ਜਾਵੇ ਤਾਂ ਮੁੱਖ ਤਾਂ ਰਵਨੀਤ ਗਰਗ ਹੈ ਜਿਹੜਾ ਕਿ ਡਰੱਗ ਦੇ ਵਿੱਚ ਫੜਿਆ ਗਿਆ ਉਹ ਹੈ, ਪਰ ਉਹਦੀ ਮਦਦ ਜਿਹੜੀ ਮੇਜਰ ਤੌਰ 'ਤੇ ਜਿਹੜੀ ਜੇਲ੍ਹ ਵਾਰਡਨ ਨਾਲ ਅਤੇ ਪੁਲਿਸ ਮੁਲਾਜ਼ਮਾਂ ਨਾਲ ਜਿਹੜੀ ਸੌਦੇਬਾਜ਼ੀ ਕਰਾਈ ਹੈ ਉਹ ਹਰਦੇਵ ਸਰਪੰਚ ਆ ਅਲੀਪੁਰ ਦਾ, ਉਹ ਉਹਨੇ ਉਹ ਸਾਰੀ ਸੌਦੇਬਾਜ਼ੀ ਕਰਾ ਕੇ ਕੀਤਾ। ਇਸ ਕੇਸ ਦੇ ਵਿੱਚ ਅਸੀਂ ਜਿਹੜਾ ਹਰਦੇਵ ਸਰਪੰਚ ਕੰਗਨ ਖਾਂ ਹੌਲਦਾਰ ਜਗਤਾਰ ਸਿੰਘ ਅਤੇ ਸਿਪਾਹੀ ਜਿਹੜਾ ਜਸਕੀਰਤ ਸਿੰਘ ਹੈ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਕਾਰ 'ਤੇ ਉਹ ਲੈ ਕੇ ਉਹ ਪਹਿਲਾਂ ਹੋਸਪਿਟਲ ਅਤੇ ਫਿਰ ਉਹਦੀ ਮੈਰਿਜ ਅਟੈਂਡ ਕਰਨ ਗਏ ਉਹ ਕਾਰ ਵੀ ਅਸੀਂ ਰਿਕਵਰ ਕਰ ਲਈ ਹੈ। ਉਦੋਂ ਬਿਨਾਂ ਸਾਨੂੰ CCTV ਫੁਟੇਜ ਮਿਲ ਗਈਆਂ ਜਿਹੜੀਆਂ ਮੈਰਿਜ ਅਟੈਂਡ ਕਰਦੇ ਨੇ ਤਾਂ ਰਸਤੇ ਦੇ ਵਿੱਚ ਦਸ਼ਮੇਸ਼ ਟੈਂਟ ਹਾਊਸ ਮਲੇਰਕੋਟਲਾ ਵਿਖੇ ਜਿੱਥੇ ਰਵਨੀਤ ਨੇ ਆਪਦੇ ਕੱਪੜੇ ਚੇਂਜ ਕੀਤੇ ਵਿਆਹ ਵਾਲੇ ਜਿਹੜੇ ਜੇਲ੍ਹ ਵਾਲੇ ਕੱਪੜੇ ਚੇਂਜ ਕਰਕੇ ਵਿਆਹ ਵਾਲੇ ਕੋਟ ਪੈਂਟ ਵਗੈਰਾ ਪਾਇਆ ਉਹ ਸਾਰਾ ਰਿਕਾਰਡ ਮਿਲ ਗਿਆ। ਗ੍ਰਿਫਤਾਰੀ ਬਾਕੀ ਹੈ ਸਰ, ਅਪਰਾਧੀ ਰਹਿਣ ਦੀ ਪਹਿਲਾਂ ਰਿਕਾਰਡ ਅਪਰਾਧੀ ਹੈ ਸਰ? ਹਾਂਜੀ ਇਹਦੇ ਵਿੱਚ ਉਹਨੂੰ ਜਿਹੜਾ ਹਰਦੇਵ ਸਿੰਘ ਸਰਪੰਚ ਹੈ ਉਹ 420 ਦੇ ਮੁਕੱਦਮੇ ਦੇ ਵਿੱਚ ਕੋਈ ਪਲੋਟ ਕੱਟਣ ਦੇ ਵਿੱਚ ਬੇਈਮਾਨੀ ਕਰਨ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਰਿਹਾ ਅਤੇ ਹੁਣ ਜ਼ਮਾਨਤ 'ਤੇ ਆ। ਸਰ ਕਿਹਦੀ ਗ੍ਰਿਫਤਾਰੀ ਬਾਕੀ ਹੈ? ਇਹਦੇ ਵਿੱਚ ਜਿਹੜਾ ਫਾਰਮਾਸਿਸਟ ਵਿਨੋਦ ਕੁਮਾਰ ਹੈ ਉਹਦੀ ਗ੍ਰਿਫਤਾਰੀ ਬਾਕੀ ਹੈ ਅਤੇ ਇੱਕ ਰਵਨੀਤ ਆ ਜਿਹੜੀ ਕੋਰਟ ਦੀ ਪਰਮਿਸ਼ਨ ਲੈ ਕੇ ਅਤੇ ਅਸੀਂ ਉਹਦੇ ਤੋਂ ਪਰਮਿਸ਼ਨ ਲੈ ਕੇ ਅਤੇ ਉਹਨੂੰ ਅਰੈਸਟ ਕਰਾਂਗੇ। ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਜਾਂ ਪਹਿਲਾਂ ਹੀ ਕੇਸ ਹੈ ਜੀ? ਇਹ ਜਿਹੜੀ ਇਹਦੇ 'ਚ ਹੁਣ ਅਸੀਂ ਕੱਲ੍ਹ ਨੂੰ ਇਹਨਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰਾਂਗੇ
उहदे विच जिहड़ा इह सरपंच उहने किस तरह के जेल अधिकारियों नाल पहलां किन्ने सौदे कराए आ ते उह इक क्यों इस गल च लिप्त हो गया भी उहने जिहड़े सौदे कराउण लग गया ते इक जिहड़ा फार्मासिस्ट दा की ढंग है ते कंगन खां जिहड़ा जेल वार्डन है जिहदा कि जिहदा पता लग्गिया भी ਉਹਦੀ ਬਹੁਤ ਹੌਲੀ ਸੌਲੀ ਟਾਈਪ ਉਹ ਜੇਲ੍ਹ ਮਲੇਰਕੋਟਲਾ ਸੀ ਉਹਨਾਂ ਦਾ ਕੀ ਰੋਲ ਹੈ ਉਹ ਵੀ ਅਸੀਂ ਸਾਰਾ ਸਰਪੰਚ ਖੁਦ ਰਿਹਾ ਕਿ ਉਹਦੀ ਮੈਸੇਜ ਕਿਹੜੀ ਪਾਰਟੀ ਇਹ ਜਿਹੜਾ ਸਰਪੰਚ ਜਿਹੜਾ ਹਰਦੇਵ ਸਿੰਘ ਜੋ ਸਾਡੇ ਰਿਕਾਰਡ 'ਚ ਆਇਆ ਉਹਨੇ ਦੱਸਿਆ ਮੈਂ ਅਕਾਲੀ ਪਾਰਟੀ ਨਾਲ ਸੰਬੰਧਿਤ ਸਰਪੰਚ ਹੈ ਅਤੇ ਉਹ ਪਹਿਲਾਂ ਉਹ ਸਰਪੰਚ ਰਿਹਾ ਹੁਣ ਉਹਦੀ ਵਾਈਫ ਕਿਉਂਕਿ ਰਿਜ਼ਰਵ ਹੋ ਗਈ ਸੀ ਵੂਮਨ ਲਈ ਅਤੇ ਹੁਣ ਉਹਦੀ ਵਾਈਫ ਹੈ ਜਿਹੜੀ ਮੌਜੂਦਾ ਉਸ ਪਿੰਡ ਦੀ ਸਰਪੰਚ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।